ਸੱਚੀ ਦੁਕਾਨ ਫੀਕਾ ਪਕਵਾਨ ਚੱਦਰ ਕੀ ਲੰਗੋਟੀ ਚਾਂਦੀ ਕਾ ਪਿਕਦਾਨ 100 ਮੇ ਸੇ 120 ਬੇਈਮਾਨ ਫਿਰ ਵੀ ਮੇਰਾ ਦੇਸ਼ ਮਹਾਨ। ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਅਹਿਮਦ ਖਾਨ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਪਤਾ ਕਰਾਂਗੇ ਕਿ ਸਾਡੀ ਆਵਾਮ ਕਿੰਨੀਆਂ ਕੁ ਫਿਲਮਾਂ ਵੇਖਦੀਆਂ ਤੇ ਕਿਹੜਾ ਕਿਹੜਾ ਡਾਇਲੋਗ ਉਹਨਾਂ ਨੂੰ ਯਾਦ। ਨਾਜ਼ਰੀਨ, ਮੈਂ ਬਗੈਰ ਵੇਖਿਓ ਪਿੱਛੇ ਉਤਰੀ ਜਾਂਦਾ, ਐਵੇਂ ਮੇਰੀ ਬਾਜ਼ੀ ਨਾ ਪੈ ਜਾਏ, ਮੈਂ ਵੇਖ ਲਵਾਂ। ਓਕੇ, ਚਲੋ ਆ ਜਾਓ ਮੇਰੇ ਨਾਲ। ਆਪਕਾ ਨਾਮ? ਇੱਜ਼ਤ। ਕਿੰਨੀਆਂ ਕੁ ਫਿਲਮਾਂ ਵੇਖੀਆਂ ਤੁਸੀਂ ਅੱਜ ਤੱਕ? ਕਾਫੀ ਸਾਰੀਆਂ। ਕਾਫੀ ਸਾਰੀਆਂ ਵੇਖ ਲਈਆਂ? ਯੈਸ ਜੀ। ਅੱਛਾ, ਇਹ ਦੱਸੋ ਵੀ ਆਪਣੇ ਆਪ ਨੂੰ ਤੁਸੀਂ ਕਿਹੜੀ ਹੀਰੋਇਨ ਦੇ ਨਾਲ ਮਿਲਾਉਂਦੀਆਂ ਜੀ? ਐਸ਼ਵਰੀਆ ਜਾਂ ਫਿਰ ਰਾਨੀ ਮੁਖਰਜੀ ਜਾਂ ਪ੍ਰੀਤੀ ਜ਼ਿੰਟਾ। ਅੱਛਾ, ਤੇ ਹੀਰੋ ਕਿਹੜਾ ਪਸੰਦ ਹੈ ਤੁਹਾਨੂੰ? ਹੀਰੋ ਮੈਨੂੰ ਸ਼ਾਹਰੁਖ ਖਾਨ ਜਿਹੜਾ ਨਾ ਜੀ, ਉਹ ਬਹੁਤ ਅੱਛਾ ਲੱਗਦਾ। ਉਹਦਾ ਕੋਈ ਡਾਇਲੋਗ ਯਾਦ ਆ ਜਿਹੜਾ ਉਹ ਬੜਾ ਹਰ ਗੱਲ ਬ੍ਰੇਕਾਂ ਨਾਲ ਆ ਕੇ ਜਿਹੜਾ ਕਰਦਾ? ਜੀ, ਦੇਵਦਾਸ ਫਿਲਮ ਦਾ ਇੱਕ ਡਾਇਲੋਗ ਮੈਨੂੰ ਯਾਦ ਆ ਜਿਹੜਾ ਉਹਨੇ ਕਿਹਾ ਸੀ, ਪਾਰੋ ਮੈਂ ਆ ਗਿਆ। ਅੱਛਾ, ਤੇ ਸਲਮਾਨ ਖਾਨ ਦੇ ਬਾਰੇ ਦੇ ਵਿੱਚ ਕੀ ਖਿਆਲ ਹੈ? ਜ਼ਹਾਰ ਉਹ ਵੀ ਠੀਕ ਆ। ਅੱਛਾ, ਹਾਂਜੀ, ਉਹ ਹੀ ਤੇ ਠੀਕ ਆ ਅੱਜ ਕੱਲ੍ਹ। ਅੱਛਾ, ਕੋਈ ਪਾਕਿਸਤਾਨੀ ਫਿਲਮ ਦਾ ਡਾਇਲੋਗ ਯਾਦ ਹੋਵੇ ਤੇ ਉਹ ਸੁਣਾਓ। ਸਰ ਕਿਹੜਾ? ਕੋਈ ਵੀ ਸੁਣਾ ਦਿਓ, ਕੋਈ ਵੀ ਜਿਹੜਾ ਯਾਦ ਹੋਵੇ। ਕੋਈ ਵੀ ਨਹੀਂ। ਪਾਕਿਸਤਾਨ ਚੋਂ ਕਿਹੜਾ ਹੀਰੋ ਪਸੰਦ ਆ? ਪਾਕਿਸਤਾਨ ਚੋਂ ਮੈਨੂੰ ਇੰਨਾ ਪਤਾ ਹੀ ਨਹੀਂ ਪਾਕਿਸਤਾਨ ਦਾ। ਲਓ, ਦੋ ਤੇ ਹੀਰੋ ਨੇ ਇੱਥੇ, ਉਹਨਾਂ ਦਾ ਵੀ ਨਹੀਂ ਪਤਾ ਤੁਹਾਨੂੰ। ਚਲੋ, ਇੰਡੀਆ ਚੋਂ ਹੋਰ ਕੋਈ? ਮੈਂ ਹੀਰੋ ਦਾ ਪੁੱਛਿਆ, ਤੁਸੀਂ ਕਲਾਸੀਕਲ ਮਸੀਕੀ ਸ਼ੁਰੂ ਕਰਤੀ। ਅੱਛਾ, ਇੰਡੀਆ ਦੀ ਫਿਲਮ ਕਿਹੜੀ ਪਸੰਦ ਆ? ਤੇਰੇ ਪਿਆਰ ਮੈਂ। ਅੱਛਾ ਅੱਛਾ, ਯਾਨੀ ਕਿ ਮੇਰੇ ਪਿਆਰ ਮੈਂ? ਜੀ ਬਿਲਕੁਲ। ਅੱਛਾ ਜੀ, ਇਹ ਤੇ ਮਿਹਰਬਾਨੀ ਆ ਤੁਹਾਡੀ ਬਹੁਤ ਬਹੁਤ। ਉਸ ਫਿਲਮ ਦਾ ਕੋਈ ਡਾਇਲੋਗ ਤੁਹਾਨੂੰ ਯਾਦ ਹੋਵੇ ਤੇ ਸੁਣਾਓ ਕੋਈ ਸਾਡੇ ਨਾਜ਼ਰੀਨ ਨੂੰ। ਨਹੀਂ। ਕੋਈ ਨਹੀਂ? ਨਹੀਂ। ਕੋਈ ਇੱਕ ਅੱਧਾ? ਨਹੀਂ, ਯਾਦ ਨਹੀਂ ਇਸ ਟਾਈਮ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ, ਬੜੀ ਮਿਹਰਬਾਨੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਡਾ ਨਾਮ? ਫਿਆਜ਼ ਗੋਂਦਲ। ਫਿਲਮਾਂ ਕਿੰਨੀਆਂ ਕੁ ਵੇਖੀਆਂ ਤੁਸੀਂ ਜ਼ਿੰਦਗੀ ਚ? ਮੈਂ ਬਹੁਤ ਫਿਲਮਾਂ ਦੇਖੀਆਂ ਭਾਜੀ, ਹੱਥ ਘੜਤੀ ਫਿਲਮਾਂ ਇਸ ਹੀ ਐਨਕ ਦੇ ਨਾਲ। ਲਓ ਨਾਜ਼ਰੀਨ, ਤਮਾਸ਼ਾ ਕਰਨ ਵਾਲਿਆਂ ਕੋਈ ਕਿੱਦਾਂ ਦਾ ਜਾਨਵਰ ਹੁੰਦਾ ਸੀ ਜਿਹਨੇ ਇਦਾਂ ਦੀ ਐਨਕ? ਸੋਹਣੀ ਬਾਹਰ ਦੇ ਮੁਲਕੋਂ ਆਈ ਹੈ। ਅੱਛਾ ਜੀ, ਹਾਂਜੀ, ਪੈਦਲ ਆਈ ਹੈ, ਸ਼ੌਕੀ ਨਾ ਕਰ ਤੂੰ। ਅੱਛਾ, ਫਿਲਮ ਕਿਹੜੀ ਪਸੰਦ ਆ ਤੁਹਾਨੂੰ? ਕਿੰਨੀਆਂ ਹੀ ਪਸੰਦ ਆ? ਕਿਸੇ ਇੱਕ ਦਾ ਨਾਂ ਲਾਇਆ ਭਾਈ, ਕਿੰਨੀਆਂ ਤੇ? ਹੁਣ ਮੈਂ ਕੀ ਪੁੱਛਾਂ ਤੈਨੂੰ? ਭਾਬੀ ਦੀਆਂ ਚੂੜੀਆਂ। ਅੱਛਾ, ਭਾਬੀ ਦੀਆਂ ਚੂੜੀਆਂ ਤੂੰ ਚੁੱਕੀਆਂ ਸੀ? ਨਹੀਂ ਭਾਜਨ, ਮੈਂ ਨਹੀਂ ਸੀ ਚੁੱਕੀਆਂ, ਮੈਨੂੰ ਤਾਂ ਕੋਈ ਟਿਕਟ ਫੜਾ ਗਿਆ ਤੇ ਮੈਂ ਸਿਨੇਮੇ ਚ ਬਹਿ ਕੇ ਵੇਖ ਲਈਆਂ। ਹੁਣ ਐਵੇਂ ਨਾ ਮੇਰੇ ਤੇ ਲੱਗ ਗਿਆ ਚੋਰੀ ਦਾ, ਤੇ ਦੱਸੋ ਇਹ ਤੇ ਜ਼ਿਆਦਤੀ ਹੈ। ਚੱਲ ਛੱਡ, ਉਹਦਾ ਕੋਈ ਡਾਇਲੋਗ ਸੁਣਾ ਫਿਲਮ ਦਾ। ਉਹਦਾ ਇੱਕ ਡਾਇਲੋਗ ਸੀ, ਉਹ ਪਤਾ ਨਹੀਂ ਕੀ ਸੀ ਕਿ ਮੈਂ ਪਤਾ ਨਹੀਂ ਮੈਂ ਕਿਹਨੂੰ ਮੂੰਹ ਮਹਾਵਾਂ ਕਿੱਦਾਂ ਦਾ। ਨਹੀਂ ਵੀ ਨਹੀਂ, ਤੇਰੀ ਬਹੁਤ ਅੱਛੀ ਯਾਦਾਸ਼ ਖਰਾਬ। ਅੱਛਾ, ਹੀਰੋ ਕਿਹੜਾ ਪਸੰਦ ਤੈਨੂੰ? ਮੁਹੰਮਦ ਜੱਟ। ਉਹ ਮੁਹੰਮਦ ਜੱਟ ਨਹੀਂ, ਮੁਹੰਮਦ ਰਾਣਾ। ਲਓ ਨਾਦਰੀ ਨੇ ਰਾਣਿਆਂ ਕੋ ਜ਼ਰੂਰ ਸੋਟੇ ਖਾਏਗਾ। ਅੱਛਾ, ਹੋਰ ਕੋਈ ਸ਼ੌਕ? ਹੋ, ਬਸ ਇਹੀ ਸ਼ੌਕ ਆ ਜੀ ਕਿ ਮੈਨੂੰ ਇਦਾਂ ਤੁਹਾਡੇ ਵਾਂਗੂ ਮਾਈਕ ਫੜਾ ਦਿਓ, ਮੇਰਾ ਰੱਸਾ ਖੋਲ ਦਿਓ ਤੇ ਬਸ ਮੇਰਾ ਪਿੱਛੇ ਕੋਈ ਨਾ। ਅੱਛਾ ਚੱਲ ਠੀਕ ਆ, ਮੈਂ ਤੈਨੂੰ ਹੁਣੇ ਮਾਈਕ ਫੜਾ ਕਵਾਂ ਵੀ ਜਾ ਕਿਸੇ ਦਾ ਇੰਟਰਵਿਊ ਕਰਤੇ, ਫਿਰ ਕਰ ਲੂੰ ਹੁਣੇ ਹੀ, ਇਸੇ ਟਾਈਮ ਕਰ ਲੂੰਗਾ, ਮੈਂ ਡਰ ਦਾਂਗਾ ਸਗੋਂ। ਲਓ ਨਾਦਰੀਨ, ਹੁਣੇ ਪਤਾ ਲੱਗ ਜਾਂਦਾ ਕਿ ਭਾਈ ਕਿੰਨੀ ਕੁ ਖੁਸ਼ਕੀ ਦੇ ਆ। ਚੱਲ ਬੇਟੇ ਜਾ, ਆ ਲੈ ਫੜ ਮਾਈਕ। ਇੱਥੇ ਕੀ ਕਰਦੀ ਤੂੰ? ਕਾਲਾ ਇਲਮ ਕਰਦੀ। ਅੱਬੂ ਕਿੱਥੇ ਆ ਤੇਰੇ? ਮੰਡੀ ਗਏ। ਫਿਲਮ ਕਿਹੜੀ ਪਸੰਦ ਆ ਤੁਹਾਨੂੰ? ਮੇਰੇ ਅੱਬੂ ਦੇ ਵਿਆਹ ਦੀ। ਅਗਲਾ ਪਈਆ ਚੁੱਕ ਕੇ ਮੋਟਰਸਾਈਕਲ ਚਲਾ ਲੈਣੀ? ਨਹੀਂ, ਮੈਨੂੰ ਹਲੇ ਕੋਈ ਸ਼ੌਕ ਨਹੀਂ, ਅੱਲਾ ਮਾਫੀ ਦੇਵੇ, ਹਸਪਤਾਲ ਜਾਣ ਦਾ। ਧਰਮਿੰਦਰ ਦਾ ਟੈਲੀਫੋਨ ਨੰਬਰ ਹੈਗਾ ਤੇਰੇ ਕੋਲ? ਨਹੀਂ, ਮੇਰੇ ਕੋਲ 11-22 ਦਾ ਹੈਗਾ। ਮੈਂ ਕੈਸਾ ਲੱਗ ਰਿਹਾ ਇਸ ਟਾਈਮ, ਸਹੀ ਦੱਸਣਾ? ਜ਼ਹਿਰ। ਇਹ ਦੇਖਣਾ ਮੇਰੀ ਸ਼ਕਲ, ਇਮਰਾਨ ਹਾਸ਼ਮੀ ਨਾਲ ਨਹੀਂ ਮਿਲ ਰਹੀ। ਨਹੀਂ, ਨੁਕਸਾਨ ਹਾਸ਼ਮੀ ਨਾਲ। ਅੱਛਾ ਬਾਜੀ, ਉਮਰ ਕਿੰਨੀ ਕਾ ਤੁਹਾਡੀ? ਮੇਰੀ ਉਮਰ 99 ਸਾਲ। ਇੰਨੀ ਬੜੀ? ਹਾਂਜੀ। ਸਹੀ ਦੱਸਣਾ, ਮੈਂ ਮੇਜ਼ਬਾਨ ਬਣ ਸਕਦਾ ਨਾ? ਤੂੰ ਕੋਚਬਾਨ ਬਣ ਸਕਦਾ ਬਸ। ਅੱਛਾ ਜੀ, ਫੜਾ ਦੇ ਬੇਟੇ ਮਾਇਕ ਉਰੇ। ਲਓ ਨਾਦਰੀਨ, ਐ ਸੀ ਸਾਡੇ ਬਹੁਤ ਹੀ ਨਾ ਹੋਣ ਹਾਰ ਬੇਹਦਾਇਤੇ ਕੰਪੇਅਰ। ਨਹੀਂ, ਗਲਤੀਆਂ ਹੋ ਜਾਂਦੀਆਂ ਨੇ, ਫੇਰ ਸਹੀ ਆਸਤਾ ਆਸਤਾ। ਨਹੀਂ, ਇਹ ਦੱਸ ਵੀ ਤੈਨੂੰ ਕੈਸਾ ਲੱਗਾ ਕੰਪੇਅਰ ਬਣ? ਬਹੁਤ ਅੱਛਾ ਮਹਿਸੂਸ ਹੋਇਆ ਮੈਂ। ਮਸਲਨ ਮੈਨੂੰ ਲੱਗਾ ਜੇ ਮੈਂ ਦੋ ਕੁ ਸਵਾਲ ਹੋਰ ਕਰਦਾ ਤਾਂ ਉਹਨੇ ਖਿੱਚ ਕੇ ਚਪੇੜ ਮਾਰਨੇ ਸੀ। ਲੈ ਵੀ ਤੂੰ ਤੇ ਬਾਜੀ ਨਾਲ ਸਵਾਲ ਕਰ ਲੈ, ਹੁਣ ਤੇਰਾ ਗੌਰ ਕਰ, ਇੱਦਾਂ ਕਰੀ ਦੇ ਸਵਾਲ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੈਨੂੰ ਇਹ ਦੱਸੋ ਵੀ ਪੜ੍ਹਾਈ ਤੋਂ ਬਾਅਦ ਕੀ ਕਰਨ ਦਾ ਇਰਾਦਾ ਹੈਗਾ ਤੁਹਾਡਾ? ਯਾਨੀ ਮਤਲਬ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ? ਮੈਂ ਪੜ੍ਹ ਲੈ ਕੇ ਨੂਰ ਜਾਂ ਬਣਨਾ ਜਾਂ ਫਿਰ ਮੈਂ ਨਰਸ ਬਣ ਜੂੰਗੀ। ਲੈ ਵੀ ਫਿੱਕਿਆ ਜਹਾਂ ਦੇ, ਬਹੁਤ ਮਿਹਰਬਾਨੀ, ਅੱਲਾ ਹਾਫਿਜ਼। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਡਾ ਨਾਮ? ਸ਼ਹਿਜ਼ਾਦੀ। ਅੱਛਾ, ਇਹ ਦੱਸੋ ਵੀ ਤੁਹਾਨੂੰ ਪਾਕਿਸਤਾਨ ਤੇ ਇੰਡੀਆ ਦੇ ਵਿੱਚੋਂ ਕਿਹੜਾ ਹੀਰੋ ਤੇ ਕਿਹੜੀ ਹੀਰੋਇਨ ਪਸੰਦ ਆ?
ਮੈਨੂੰ ਦੋਵਾਂ ਦੇ ਵਿੱਚੋਂ ਕੋਈ ਨਹੀਂ। ਕੀ ਮਤਲਬ ਤੁਹਾਡਾ ਕਹਿਣ ਦਾ, ਵੀ ਤੁਸੀਂ ਫਿਲਮ ਨਹੀਂ ਵੇਖੀ ਕਦੀ? ਫਿਲਮ ਬੱਤੀ ਹੋਵੇ ਤੇ ਵੇਖੀ ਜਾਂਦੀ। ਨਹੀਂ ਉਹ ਤਾਂ ਕੋਈ ਨਹੀਂ, ਚਲੋ UPS ਨਹੀਂ ਲਵਾਇਆ ਤੁਸੀਂ ਘਰ ਦੇ ਵਿੱਚ ਆਪਣੇ? ਉਹ ਵੀ ਨਹੀਂ ਚਾਰਜ ਹੁੰਦਾ। ਅੱਛਾ ਆ ਇੱਕ ਮਿੰਟ ਫੜੀ ਜਰਾ, ਖਿੱਚ ਕੇ ਮੇਰੇ ਸਿਰ ਚ ਮਾਰ। ਕਾਹਤੋਂ? ਉਹ ਮੈਂ ਬਾਅਦ ਚ ਦੱਸੂਗਾ, ਪਹਿਲੇ ਮਾਰ ਮੇਰੇ ਸਿਰ ਚ। ਨਾ ਤੂੰ ਕੋਈ ਫਿਲਮ ਵੇਖੀ, ਨਾ ਬੱਤੀ ਹੈਗੀ, ਨਾ UPS ਚਾਰਜ ਹੁੰਦਾ, ਮਾਰ ਮੇਰੇ। ਨਹੀਂ ਨਹੀਂ ਚੱਲ, ਹੁਣ ਮੈਂ ਸਹੀ ਦੱਸੂਗੀ। ਮੈਂ ਵੀ ਬਸ ਡਰਾਇਆ ਹੀ ਸੀ। ਅੱਛਾ ਚਲੋ ਫਿਲਮਾਂ ਨੂੰ ਛੱਡੋ, ਇਹ ਦੱਸੋ ਵੀ ਹੁਕਮਰਾਨ ਤੁਹਾਨੂੰ ਕਿਹੜਾ ਅੱਛਾ ਲੱਗਦਾ ਆਪਣੇ ਮੁਲਕ ਦੇ ਵਿੱਚੋਂ ਕੋਈ? ਮੈਨੂੰ ਸੰਜੇ ਦੱਤ ਬਹੁਤ ਹੀ ਪਸੰਦ। ਲੈ ਮੈਂ ਹੁਕਮਰਾਨਾਂ ਦਾ ਪੁੱਛਿਆ ਤੇ ਐਕਟਰ ਦਾ ਦੱਸ, ਸੰਜੇ ਦੱਤ ਕਿਉਂ ਪਸੰਦ ਆ ਤੈਨੂੰ, ਕੀ ਵਜ੍ਹਾ ਵੀ ਉਹਦੀ? ਇੱਕ ਫਿਲਮ ਚ ਨਾ ਉਹਨੂੰ ਵਿਚਾਰੇ ਨੂੰ ਗਾਰੇ ਚ ਕੁੱਟ ਕੇ ਸਿੱਟ ਦਿੰਦੇ, ਉਦੋਂ ਦਾ ਮੈਨੂੰ ਨਾ ਉਹ ਬਹੁਤ ਉਹਦੇ ਉੱਤੇ ਤਰਸ ਆਉਂਦਾ ਵਿਚਾਰੇ ਤੇ ਬਸ। ਅੱਛਾ ਜੇ ਤੁਹਾਨੂੰ ਅਮਰੀਕਾ ਦੇ ਸਦਰ ਨਾਲ ਬਹਿ ਕੇ ਖਾਣਾ ਖਾਣ ਦਾ ਮੌਕਾ ਮਿਲ ਜਾਏ ਤੇ ਮੈਂ ਫਿਰ, ਮਤਲਬ ਤੁਹਾਨੂੰ ਖੁਸ਼ੀ ਹੋਏਗੀ ਉਸ ਚੀਜ਼? ਅਮਰੀਕਾ ਦੇ ਸਦਰ ਦੇ ਨਾਲ? ਬਿਲਕੁਲ। ਇਹ ਖਾਣਾ ਖਾਣਾ ਉਹਦੇ ਨਾਲ ਬਹਿ ਕੇ? ਹਾਂਜੀ। ਅੱਛਾ ਤੇ ਨਹੀਂ, ਮੈਨੂੰ ਹਰਾਮ ਖਾਣ ਦਾ ਕੋਈ ਸ਼ੌਕ ਨਹੀਂ। ਵਾਹ ਵਾਹ ਵਾਹ, ਨਾਜ਼ਰੀਨ ਗੌਰ ਕਰੋ ਕਿ ਕਿੰਨੀ ਦੇਰ ਬਾਅਦ ਇਹਨੇ ਕਿੰਨਾ ਅੱਛਾ ਫਿੱਕਾ ਜਿਹਾ ਜਵਾਬ ਦਿੱਤਾ। ਬਹੁਤ ਜ਼ਹਿਨ ਲੜਕੀ ਹੈ। ਅੱਛਾ ਇਹ ਦੱਸੋ ਵੀ ਤੁਹਾਨੂੰ ਗੁਲੂਕਾਰ ਕਿਹੜਾ ਪਸੰਦ ਹੈ? ਉਹ ਕੀ ਹੁੰਦਾ? ਉਹ ਕੋਈ ਨਹੀਂ ਹੁੰਦਾ, ਚਲੋ ਨਿਕਲੋ, ਸ਼ਾਬਾਸ਼, ਅੱਲਾ ਹਾਫਿਜ਼। ਲਓ ਨਾਜ਼ਰੀਨ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਸਾਡੇ ਮੁਲਕ ਦੇ ਜਿਹੜੇ ਜਵਾਨ ਨੇ, ਨੌਜਵਾਨ ਕਿੰਨੇ ਲਾਇਕ ਕਿਸਮ ਦੇ ਨਾਲਾਇਕ ਨੇ। ਇਹਨਾਂ ਨੂੰ ਕੱਖ ਪਤਾ ਨਹੀਂ ਵੀ ਸਾਨੂੰ ਸਵਾਲ ਕੀ ਹੋ ਰਿਹਾ ਤੇ ਅਸੀਂ ਜਿਹੜਾ ਜਵਾਬ ਕੀ ਦੇਣਾ। ਇਹਦੇ ਨਾਲ ਹੀ ਨਾਜ਼ਰੀਨ, ਫੋਲੋ ਮੀ ਦੇ ਵਿੱਚ ਅਹਿਮਦ ਖਾਨ ਸਾਹਿਬ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗਾ ਕੋਈ ਹੋਰ ਸਵਾਲ ਲੈ ਕੇ। ਤਬ ਤੱਕ ਲਈ ਅੱਲਾ ਹਾਫਿਜ਼।